ਆਰਾਮ ਨਾਲ ਤੂੰ ਵੀ ਪੈ ਜਾ ਇੱਧਰ ਨੂੰ ਚੱਕਰ ਕਰਕੇ ਪੈ ਜਾ ਘਬਰਾਈਦਾ ਨੀ ਹੁੰਦਾ ਕੀ ਹੋ ਰਿਹਾ ਚੱਕਰ ਆ ਰਿਹਾ ਚੱਕਰ ਆਉਣ ਤੇ ਬੱਚਿਆਂ ਨੂੰ ਹਸਪਤਾਲ ਲੈ ਕੇ ਪਹੁੰਚਿਆ ਫਾਰਮਾਸਿਸਟ। ਜਾਣਕਾਰੀ ਨਾ ਦੇਣ ਤੇ ਡਾਕਟਰ ਹੋ ਗਿਆ ਤੱਤਾ, ਨੋਟਿਸ ਭੇਜਣ ਦੀ ਦਿੱਤੀ ਧਮਕੀ। ਦੱਸ ਦਈਏ ਕਿ 15 ਅਗਸਤ ਦੀ ਪਰੇਡ ਦੇ ਦੌਰਾਨ ਕੁਝ ਸਕੂਲੀ ਬੱਚਿਆਂ ਨੂੰ ਚੱਕਰ ਆ ਗਏ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਫਾਰਮਾਸਿਸਟ ਨੇ ਬੱਚਿਆਂ ਨੂੰ ਪਹਿਲਾਂ ਤਾਂ ਮੁੱਢਲੀ ਸਹਾਇਤਾ ਦਿੱਤੀ ਤੇ ਫਿਰ ਇਹਨਾਂ ਨੂੰ ਹਸਪਤਾਲ ਲੈ ਕੇ ਗਿਆ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਡਾਕਟਰ ਗੁੱਸੇ ਦੇ ਵਿੱਚ ਇਸ ਫਾਰਮਾਸਿਸਟ ਨੂੰ ਝਿੜਕਦਾ ਹੋਇਆ ਨਜ਼ਰ ਆਉਂਦਾ ਤਾਂ ਡਾਕਟਰ ਦੇ ਵੱਲੋਂ ਕਿਹਾ ਗਿਆ ਕਿ ਉਸ ਨੂੰ ਇਸ ਸੰਬੰਧੀ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ। ਦੱਸ ਦਈਏ ਕਿ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ, ਜਿੱਥੇ ਫਾਰਮਾਸਿਸਟ ਅਤੇ ਡਾਕਟਰ ਦੀ ਆਪਸ ਦੇ ਵਿੱਚ ਉਸ ਸਮੇਂ ਬਹਿਸ ਹੋ ਗਈ ਜਦੋਂ ਫਾਰਮਾਸਿਸਟ ਡਾਕਟਰ ਨੂੰ ਬਿਨਾਂ ਦੱਸੇ ਜੋ ਬੱਚਿਆਂ ਦੀ ਤਬੀਅਤ ਵਿਗੜ ਗਈ ਸੀ ਉਹਨਾਂ ਨੂੰ ਹਸਪਤਾਲ ਲੈ ਗਿਆ ਸੀ, ਜਿਸ 'ਤੇ ਫਾਰਮਾਸਿਸਟ ਨੇ ਕਿਹਾ ਕਿ ਮੇਰੀ ਪਹਿਲੀ ਡਿਊਟੀ ਪੇਸ਼ੈਂਟ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਉਣ ਦੀ ਹੈ, ਨਾ ਕਿ ਸੀਨੀਅਰ ਨੂੰ ਜਾਣਕਾਰੀ ਦੇਣ ਦੀ। ਉਸ ਸਮੇਂ ਬੱਚਿਆਂ ਨੂੰ ਪਹਿਲਾਂ ਮੈਨੇ ਫਸਟ ਏਡ ਦਿੱਤੀ ਅਤੇ ਫਿਰ ਉਹਨਾਂ ਨੂੰ ਹਸਪਤਾਲ ਲੈ ਕੇ ਗਿਆ, ਜਿਸ 'ਤੇ ਡਾਕਟਰ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਹਸਪਤਾਲ ਲਿਜਾਣਾ ਸਹੀ ਹੈ, ਪਰ ਮੈਂ ਮੌਕੇ 'ਤੇ ਇੰਚਾਰਜ ਸੀ, ਮੈਨੂੰ ਇਸ ਸੰਬੰਧੀ ਜਾਣਕਾਰੀ ਹੋਣੀ ਚਾਹੀਦੀ ਸੀ ਅਤੇ ਫਾਰਮਾਸਿਸਟ ਦਾ ਫਰਜ਼ ਬਣਦਾ ਸੀ ਕਿ ਮੈਨੂੰ ਦੱਸਣਾ। ਤਾਂ ਦੱਸ ਦਈਏ ਕਿ ਡਾਕਟਰ ਦੇ ਵੱਲੋਂ ਫਾਰਮਾਸਿਸਟ ਨੂੰ ਨੋਟਿਸ ਭੇਜਣ ਦੀ ਧਮਕੀ ਤੱਕ ਦਿੱਤੀ ਗਈ ਸੀ, ਤਾਂ ਇਹ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋਨੋਂ ਬਹਿਸ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਤਾਂ ਤੁਹਾਡੇ ਮੁਤਾਬਿਕ ਇਹਨਾਂ ਦੋਨਾਂ ਦੇ ਵਿੱਚ ਉਹ ਕੌਣ ਸਹੀ ਸੀ? ਕੀ ਡਾਕਟਰ ਸਹੀ ਸੀ ਜਿਸ ਨੂੰ ਜਾਣਕਾਰੀ ਹੋਣੀ ਚਾਹੀਦੀ ਸੀ, ਜਾਂ ਫਿਰ ਫਾਰਮਾਸਿਸਟ ਜੋ ਕਿ ਬਿਨਾਂ ਜਾਣਕਾਰੀ ਤੋਂ ਇਹਨਾਂ ਬੱਚਿਆਂ ਨੂੰ ਹਸਪਤਾਲ ਲੈ ਕੇ ਗਿਆ ਸੀ? ਬਚਾਉਣਾ ਵੀ ਜ਼ਰੂਰੀ ਹੈ, ਪਰ ਨਾਲ ਦੀ ਨਾਲ ਮੈਨੂੰ ਨੌਲੇਜ ਦੇ ਵਿੱਚ ਲਿਆਉਣਾ ਜ਼ਰੂਰੀ ਸੀ ਉਹਨਾਂ ਦਾ, ਫਾਰਮਾਸਿਸਟ ਦਾ, ਮੈਡੀਕਲ ਟੀਮ ਦਾ। ਬੀਂਗ ਇੰਚਾਰਜ ਮੈਂ ਇੱਥੇ ਮੌਜੂਦ ਹਾਂ ਫੰਕਸ਼ਨ ਦੇ ਵਿੱਚ, ਤੇ ਮੈਨੂੰ ਨਹੀਂ ਦੱਸਿਆ ਗਿਆ। ਮੈਨੂੰ ਉਹਨਾਂ ਨੇ ਦੱਸਿਆ ਕਿ ਆਹ ਗੱਡੀ 108 ਬੜੀ ਤੇਜ਼ੀ ਨਾਲ ਗਈ ਹੈ, ਅਸੀਂ ਨਾਲ ਇਕੱਠੇ ਬੈਠੇ ਹਾਂ। ਫਿਰ ਮੈਂ ਉਸੇ ਵੇਲੇ ਫੋਨ ਕੀਤਾ ਤੇ ਉਸੇ ਵੇਲੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੱਚੇ ਬੇਹੋਸ਼ ਹੋਇਆ ਤੇ ਮੈਂ ਲੈ ਕੇ ਜਾ ਰਿਹਾ। ਬੱਚੇ ਦੀ ਜਾਨ ਬਚਾਉਣਾ ਜ਼ਰੂਰੀ ਹੈ ਜਾਂ ਡਿਊਟੀ ਕਰਨੀ ਜ਼ਰੂਰੀ ਹੈ? ਡਿਊਟੀ ਕਰਨੀ ਜ਼ਰੂਰੀ ਹੈ ਤੇ ਬੱਚੇ ਦੀ ਜਾਨ ਬਚਾਉਣੀ ਜ਼ਿਆਦਾ ਜ਼ਰੂਰੀ ਹੈ। ਫਿਰ ਉਹਨਾਂ ਨੇ ਤਾਂ ਸਹੀ ਕੀਤਾ, ਉਹਨਾਂ ਨੇ ਸਹੀ ਕੀਤਾ, ਮੈਂ ਗਲਤ ਨਹੀਂ ਕਹਿ ਰਿਹਾ, ਪਰ ਘੱਟੋ ਘੱਟ ਸੀਨੀਅਰ ਅਫਸਰ ਦੀ ਉਸੇ ਵੇਲੇ ਨੌਲੇਜ ਲਿਆਉਣਾ ਜ਼ਰੂਰੀ ਸੀ। ਦੇਖੋ ਜੀ, ਜਦੋਂ ਸੀਨੀਅਰ ਨੂੰ ਦੱਸੇਗਾ ਹੀ ਨਹੀਂ, ਕੋਈ ਇਨਫੋਰਮ ਹੀ ਨਹੀਂ ਕਰੇਗਾ, ਤੇ ਜ਼ਿੰਮੇਵਾਰੀ ਤਾਂ ਸੀਨੀਅਰ ਬੰਦੇ ਦੀ ਬਣ ਜਾਂਦੀ ਹੈ। ਮੇਰੀ ਨੌਲੇਜ ਤੋਂ ਬਿਨਾਂ ਹੀ ਉੱਥੇ ਬੱਚੇ ਸ਼ਿਫਟ ਹੋਏ ਨੇ। ਸਾਰੇ ਸਮਰਾਲਾ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੇ ਬਹੁਤ ਬਹੁਤ ਮੁਬਾਰਕਾਂ। ਖਾਸ ਕਰਕੇ ਮੁਬਾਰਕਾਂ ਉਹਨਾਂ ਬੱਚਿਆਂ ਨੂੰ ਜਿਹੜਾ ਪਰਫੋਰਮ, ਮੁਬਾਰਕਾਂ ਉਹਨਾਂ ਸੁਤੰਤਰ ਸੰਗਰਾਮੀ ਦੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਸਦਕਾ ਅਸੀਂ ਆਜ਼ਾਦ ਘੁੰਮ ਰਹੇ ਹਾਂ, ਇਹ ਪੰਜਾਬੀ ਮਾਂ ਬੋਲੀ ਹੈ। ਜਿਹੜੇ ਤਿੰਨ ਬੱਚੇ ਸੀਗੇ ਉਹ ਗਰਮੀ ਕਰਕੇ ਥੋੜਾ ਜਿਹਾ ਪੀ ਆਈ ਕੇ ਲੋਕ ਸੀਗੇ, ਉਹਨਾਂ ਨੂੰ ਹਸਪਤਾਲ ਕਰਾਇਆ, ਹੁਣ ਬਿਲਕੁਲ ਠੀਕ ਹੈ। ਮੇਰੇ ਕੋਈ ਐਸੀ ਮਿਲ ਗਈ ਸੀ ਸਾਡੇ ਬੇਸਿਕ ਮੋਰਲ ਉਹ ਮਿਲ ਗਈ।
ਮੇਰੀ ਇੱਥੇ ਇੰਡੀਪੈਂਡੈਂਸ ਡੇ ਤੇ ਲੱਗੀ ਹੈ ਦਾਣਾ ਮੰਡੀ ਸੋਨਾਲਾ ਵਿੱਚ। ਕੀ ਘਟਨਾ ਵਾਪਰੀ ਸੀ? ਇੱਥੇ ਆਪਣੇ ਪਰੇਡ ਦੇ ਦੌਰਾਨ 4 ਬੱਚੇ ਫੇਟ ਹੋ ਗਏ ਸੀ, ਜਿਸ ਤੋਂ ਇੱਕ ਦੀ ਜ਼ਿਆਦਾ ਸੀਰੀਅਸ ਸੀ, ਉਹਨੂੰ ਹਾਰਟ ਦੀ ਪ੍ਰੋਬਲਮ ਵੀ ਦੱਸੀ ਗਈ ਸੀ ਥੋੜੀ ਜਿਹੀ, ਤੇ ਉਹਨੂੰ ਮੁੱਢਲੀ ਸਹਾਇਤਾ ਪ੍ਰਦਾਨ ਦੇ ਕੇ ਅਸੀਂ ਆਪਣਾ ਹਸਪੀਟਲ ਤੱਕ ਪਹੁੰਚਾ ਦਿੱਤਾ ਗਿਆ ਵਾ। ਪਹਿਲਾਂ ਤੂੰ ਸਾਨੂੰ ਕਾਲ ਕਰਕੇ ਦੱਸਣਾ ਸੀ, ਫਿਰ ਜੇ ਬੱਚੇ ਨੂੰ ਕੁਛ ਹੋ ਜਾਂਦਾ ਤਾਂ ਫਿਰ ਮੈਂ ਦੇਖਦਾ, ਮਤਲਬ ਜੋ ਵੀ ਤੁਹਾਨੂੰ ਪਤਾ ਹੀ ਆ ਉਸ ਚੀਜ਼ ਦਾ। ਮੇਰੇ ਪ੍ਰੋਟੋਕਾਲ ਇਹ ਕਹਿੰਦੇ ਆ ਸਰ ਵੀ ਪਹਿਲਾਂ ਪੇਸ਼ੈਂਟ ਨੂੰ ਦੇਖਣਾ, ਨਾ ਕਿ ਆਪਣੇ ਇੰਚਾਰਜ ਨੂੰ ਇਨਫੋਰਮ ਕਰਨਾ, ਉਹਨੂੰ ਫਸਟ ਏਡ ਦੇਣੀ ਤੇ ਉਹਨੂੰ ਆਪਣਾ ਸਹੀ ਸਲਾਮਤ ਹਸਪੀਟਲ ਤੱਕ ਪਹੁੰਚਾਉਣਾ, ਜੋ ਮੈਨੂੰ ਮੇਰੀ ਡਿਊਟੀ ਦੱਸਦੀ ਹੈ। ਹੁਣ ਤੁਸੀਂ ਪਹੁੰਚਾ ਦਿੱਤਾ ਹਸਪੀਟਲ? ਅਸੀਂ ਹਸਪੀਟਲ ਪਹੁੰਚਾ ਦਿੱਤਾ ਜੀ। ਬੱਚੇ ਠੀਕ ਨੇ? ਬੱਚੇ ਠੀਕ ਨਹੀਂ।